खबर सामने आ रही है अमृतसर तो, जिथे कि एक मुंडे नूं गोलियां मार के कतल किया गया। कारण यही सी कि उसके भरा का विआह होने वाला सी। इस मुंडे दे वलों गोलियां मारियां गईयां। ओह उस कुड़ी नूं प्यार करदा सी अते चाहुंदा सी कि किसी भी तरह दे नाल विआह रुक जावे अते इह रिश्ता टुट जावे। 11 तरीक नूं शाम नूं 7:30 बजे का वह समा जदों दुकान बंद करके विशेष अपने घर जाण दे लई तैयारी कर रहा सी, तां उस समय इस मुंडे करणदीप दे वलों सामने आके गोलियां चला दित्तियां गईयां। एक गोली गड्डी दे सामने वाले शीशे ते लगी अते दूसरी उन्होंने नाल आके शीशे ते मारी, जिस तों बाद विशेष नूं हस्पताल दे विच भर्ती करवा दिता गया। 16 तरीक तक वह जिंदगी अते मौत की लड़ाई लड़ता रहा, पर उसनूं बचाया नहीं जा सकिया। कई दिन बीत जाण तों बाद हुण पुलिस नूं वड्डी सफलता मिली है, जदों उस मुलजम उस दोषी करणदीप नूं हिरासत दे विच लिया गया। ਮਿਤੀ 11 ਤਰੀਕ ਨੂੰ ਚਮਰੰਗ ਰੋਡ 'ਤੇ ਰਾਤ 7:30 ਵਜੇ ਦੇ ਕਰੀਬ ਫਾਇਰਿੰਗ ਹੋਈ ਸੀ, ਜਿਸ ਵਿੱਚ ਵਿਸ਼ੇਸ਼ ਉਸ ਵਿਸ਼ੂ ਨਾਮ ਦੇ ਵਿਅਕਤੀ ਨੂੰ ਗੋਲੀਆਂ ਲੱਗੀਆਂ ਸੀ, ਜਿਸ ਨੂੰ ਕਿ ਪਰਿਵਾਰ ਵੱਲੋਂ EMC ਹੋਸਪਿਟਲ ਦਾਖਲ ਕਰਾਇਆ ਗਿਆ ਸੀ। ਇਸ ਸੰਬੰਧ ਦੇ ਵਿੱਚ 307 IPC ਦਾ ਮੁਕੱਦਮਾ 18B ਦਰਜ ਕੀਤਾ ਗਿਆ ਸੀ। ਵਿਸ਼ੂ ਸੀਰੀਅਸ ਹੋਣ ਕਰਕੇ ਉਸ ਨੂੰ ਪਰਿਵਾਰ ਵੱਲੋਂ ਰੈਫਰ ਕਰਕੇ ਵਿਧਾਨਤਾ ਹੋਸਪਿਟਲ ਦਿੱਲੀ ਲੈ ਕੇ ਜਾਏਗਾ, ਜਿੱਥੇ 16 ਤਰੀਕ ਨੂੰ ਉਹਦੀ ਡੈਥ ਹੋ ਗਈ ਸੀ, ਜੋ 302 IPC ਵਿੱਚ ਵਾਧਾ ਕੀਤਾ ਗਿਆ। ਉਸ ਕੇਸ ਦੇ ਵਿੱਚ ਅੱਜ ਜਿਹੜਾ ਹੈਗਾ ਅਮਨਦੀਪ ਸਿੰਘ ਕਰਨਦੀਪ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਗੁਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੁਕੱਦਮੇ ਦੇ ਵਿੱਚ। ਇਹ ਜਿਹੜਾ ਕਰਨਦੀਪ ਸਿੰਘ ਹੈਗਾ ਦੋਸ਼ੀ ਜਿਹੜਾ ਹੈਗਾ, ਇਹਦੀ ਜਿਹੜੀ ਹੈਗੀ ਹੈ ਫਰੈਂਡਸ਼ਿਪ ਕਿਸੇ ਲੜਕੀ ਨਾਲ ਸੀ, ਉਸ ਲੜਕੀ ਦੇ ਨਾਲ ਰਿਸ਼ਤਾ ਜਿਹੜਾ ਹੈਗਾ ਸ਼ਿਵਮ ਦਾ ਹੋਇਆ ਸੀ, ਜਿਹੜਾ ਕਿ ਵਿਸ਼ੇਸ਼ ਦਾ ਚਾਚੇ ਦਾ ਲੜਕਾ ਸੀ। ਉਸ ਗੁੱਸੇ ਦੇ ਵਿੱਚ ਆ ਕੇ ਰਿਸ਼ਤਾ ਤੁੜਾਉਣ ਦੀ ਖਾਤਰ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਵਿੱਚ ਕਰਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਵਿੱਚ 3 ਵਿਅਕਤੀ ਆਏ ਸੀ, ਜਿਹੜੀ ਸਾਜਿਸ਼ ਰਚੀ ਗਈ ਉਹ ਕਰਨਦੀਪ ਸਿੰਘ ਵੱਲੋਂ ਸਾਜਿਸ਼ ਰਚੀ ਗਈ ਸੀ, ਅਤੇ ਇਸ ਵਿੱਚ 3 ਵਿਅਕਤੀ ਆਏ ਸੀ। ਹਾਂਜੀ, ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ, ਅਤੇ ਜਿਸ ਕਰਕੇ ਲਵ ਮੈਰਿਜ ਦੇ ਚੱਕਰ ਦੇ ਵਿੱਚ, ਕਿਉਂਕਿ ਉਹਦਾ ਰਿਸ਼ਤਾ ਕੁੜੀ ਦਾ ਹੋ ਗਿਆ ਸੀ, ਇਹ ਕੁੜੀ ਦਾ ਰਿਸ਼ਤਾ ਤੁੜਾਉਣਾ ਚਾਹੁੰਦੇ ਸੀ, ਉਸ ਕਰਕੇ ਜਿਹੜਾ ਹੈਗਾ ਇਹ ਜਿਹੜਾ ਰਿਸ਼ਤਾ ਤੋੜਨ ਦੀ ਖਾਤਰ ਜਿਹੜਾ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਵਿੱਚ ਵਿਸ਼ੇਸ਼ ਉਸ ਵਿਸ਼ੂ ਦੀ ਡੈਥ। ਇਹ ਇਹਨਾਂ ਦਾ ਸੈਲਰ ਹੈਗਾ ਗੁਰਦਾਸਪੁਰ ਦੇ ਵਿੱਚ, ਸੈਲਰ ਦਾ ਕੰਮ ਨਹੀਂ, ਬਹੁਤ ਸਾਈਡ ਸੀ, ਪਰ ਕੁੜੀ ਦਾ ਜਦੋਂ ਰਿਸ਼ਤਾ ਹੋ ਗਿਆ ਅਤੇ ਰਿਸ਼ਤਾ ਹੋਣ ਤੋਂ ਬਾਅਦ ਜਿਹੜਾ ਹੈਗਾ ਇਹ ਚਾਹੁੰਦਾ ਸੀ ਵੀ ਰਿਸ਼ਤਾ ਟੁੱਟ ਜਾਵੇ ਅਤੇ ਮੇਰੇ ਨਾਲ ਵਿਆਹ ਹੋ ਜਾਵੇ। ਇਸ ਮਾਮਲੇ ਦੇ ਵਿੱਚ ਕਈ ਹੋਰ ਨਾਮ ਵੀ ਸਾਹਮਣੇ ਆ ਰਹੇ ਨੇ, ਜਿਸ ਦਾ ਖੁਲਾਸਾ ਹਾਲੇ ਪੁਲਿਸ ਦੇ ਵੱਲੋਂ ਨਹੀਂ ਕੀਤਾ ਗਿਆ। ਸਾਰੇ ਮਾਮਲੇ ਨੂੰ ਲੈ ਕੇ ਤਫਤੀਸ਼ ਜਾਰੀ ਹੈ, ਅਤੇ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕਿਤੇ ਕੁੜੀ ਵੀ ਇਸ ਸਾਰੇ ਮਾਮਲੇ 'ਚ ਨਾਲ ਤਾਂ ਨਹੀਂ ਮਿਲੀ ਹੋਈ। ਅੰਮ੍ਰਿਤਸਰ ਦੇ ਵਿੱਚ ਪੁਲਿਸ ਦੇ ਵੱਲੋਂ ਪਿਛਲੇ ਦਿਨੀ ਹੋਏ ਕਤਲ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਿਛਲੇ ਦਿਨੀ ਵਿਸ਼ੇਸ਼ ਉਰਫ ਵਿਸ਼ੂ ਨਾਮ ਦੇ ਲੜਕੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਸਰੇਆਮ ਗੋਲੀਆਂ ਮਾਰਨ ਤੋਂ ਬਾਅਦ ਫਰਾਰ ਹੋ ਗਏ ਸਨ ਇਹ ਮੁਲਜ਼ਮ, ਅਤੇ ਪੁਲਿਸ ਨੇ ਹੁਣ ਕਾਬੂ ਕਰਕੇ ਸਾਰੀ ਕਹਾਣੀ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੇ ਸਾਹਮਣੇ ਰੱਖੀ ਹੈ। ਪੁਲਿਸ ਦੇ ਵੱਲੋਂ ਮੁੱਖ ਦੋਸ਼ੀ ਕਰਨਦੀਪ ਸਿੰਘ ਨੂੰ ਗੁਰਦਾਸਪੁਰ ਤੋਂ ਕਾਬੂ ਕੀਤਾ ਗਿਆ। ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ 4 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਹੋਇਆ, ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਾਰੇ ਮਾਮਲੇ 'ਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਕਰਨਦੀਪ ਸਿੰਘ ਉਕਤ ਇੱਕ ਲੜਕੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਅਤੇ ਉਸਦੀ ਮੰਗਣੀ ਮ੍ਰਿਤਕ ਦੇ ਭਰਾ ਦੇ ਨਾਲ ਹੋਈ ਸੀ। ਸ਼ਿਵਮ ਦੇ ਨਾਲ ਉਸਦੀ ਮੰਗਣੀ ਹੋਈ ਸੀ ਅਤੇ ਕਰਨਦੀਪ ਤੁੜਵਾਉਣਾ ਚਾਹੁੰਦਾ ਸੀ। ਇਸੇ ਕਰਕੇ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਚਚੇਰੇ ਭਰਾ ਦੀ ਜਾਨ ਚਲੀ ਗਈ, ਕਿਉਂਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਇਸ ਰਿਸ਼ਤੇ ਨੂੰ ਤੁੜਵਾ ਕੇ ਵਿਆਹ ਨੂੰ ਲੇਟ ਕਰਵਾਉਣਾ ਚਾਹੁੰਦਾ ਸੀ, ਅਤੇ ਖੁਦ ਉਸ ਕੁੜੀ ਦੇ ਨਾਲ ਵਿਆਹ ਰਚਾਉਣ ਦੀ ਇਹ ਪੂਰੀ ਸਾਜਿਸ਼ ਰਚੀ ਗਈ ਸੀ। ਪਰ ਹੁਣ ਦੇਖਣਾ ਹੋਵੇਗਾ ਕਿ ਕੁੜੀ ਦਾ ਇਸ ਸਾਰੇ ਮਾਮਲੇ ਦੇ ਵਿੱਚ ਹੱਥ ਹੈ ਜਾਂ ਫਿਰ ਨਹੀਂ। ਇਸ ਦੇ ਚਲਦੇ ਹੀ ਕਰਨਦੀਪ ਸਿੰਘ ਨੇ ਵਿਸ਼ੇਸ਼ ਨੂੰ ਗੋਲੀਆਂ ਮਾਰ ਦਿੱਤੀਆਂ ਸੀ।
इस सारे मामले बारे एसीपी दा की कहना है, आओ सुन लैने हां। लव मैरिज के चक्कर दे विच क्योंकि उहदा रिश्ता कुड़ी दा हो गया सी, एक कुड़ी दा रिश्ता तोड़ाना चाहते सी, उस करके जिहड़ा हैगा ये जिहड़ा रिश्ता तोड़न की खातर जिहड़ा है वारदात अंजाम दिता गया, जिस विच विशेष उस विशु की डैथ हुई। ये इन्हों का सैलर हैगा, गुरदासपुर सैलर का काम है। नहीं बहुत साइड सी, पर कुड़ी का जो रिश्ता हो गया तो रिश्ता होने तो बाद जो है ये चाहता सी भी रिश्ता टुट जाए तो मेरे नाल विआह हो जाए। नहीं कुड़ी अजे सामने इस गल नहीं आई, तफ्तीश जा रही है, जे कोई तफ्तीश में कोई आएगा तो जरूर लवेंगे। नाल लाश कितनी मिली साढ़े सारे सर सुल्तानगंज रोड नहर के एक बइये के बच्चे की लाश थी कंपनी हुई थी पुराने मेरे मेरे तो हाँ इससे पहले परचा है कार चोरी जी इन्हों को फड़ी गई सी, वो थाना कंटोनमेंट के मुकदमा दर्ज रजिस्टर हो गया, ये तो यार दोस्त है वो दर्ज हुई, वो जो एक तफ्तीश चल रही है जल्दी ही उन्होंने भी जल्दी करा गिरफ्तार करके। श्रीनगर के क्योंकि इन्हों का कारोबार है, श्रीनगर का एक मुंडा जरा है ये पढ़ा हों, तो वह यार दोस्त है, जेकर वो भी कोई गल आएगी तो वो भी गिरफ्तार। हाँ उस दिन कार तो मोटरसाइकिल यूज हुए थी, तो असी क्योंकि इन फड़ लिया होनी थी निशानदेही तो रिकवर करा जल्दी। चमत्कार हुंदे ने, देखो अपनियां अखां सामने, तीन घंटे च हर परेशानी दा हल पाओ। सत इलमां दे माहिर दिवानशु जोशी, मेरे किते नूं कोई कट नहीं सकदा, कट्टण वाले नूं मूंह मंगिया इनाम। परेशानी जिवें मनचाहा प्यार, पति पत्नी चनबन, काले जादू दा खात्मा, बीमारी दवा ना लगना, वशीकरण करवाओ, जिस नूं चाहे उस नूं अपने वस च करो। लाटरी नंबर पाओ भावें 649 होवे जां लोटोमैक्स, धोखेबाज प्रेमी प्रेमिका सौतन दुश्मन नूं अपनियां अखां सामने तड़फदा वेखो। 98 157 34 870।